ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਤਾਜ਼ਾ ਅਤੇ ਵੱਡੀ ਖਬਰ ਕੱਥੋ ਨੰਗਲ ਟੋਲ ਪਲਾਜ਼ਾ ਦੀ ਹੈ। ਕੱਥੋ ਨੰਗਲ ਟੋਲ ਪਲਾਜ਼ਾ ਜਿਸ ਨੂੰ ਕਿ ਵਰਿਆਮ ਨੰਗਲ ਟੋਲ ਪਲਾਜ਼ਾ ਵੀ ਕਿਹਾ ਜਾਂਦਾ ਹੈ, ਉੱਥੋਂ ਦੇ ਵਰਕਰਾਂ ਵੱਲੋਂ ਟੋਲ ਪਲਾਜ਼ਾ ਦੇ ਕੰਮ ਕਰਨ ਵਾਲੇ ਜਿਹੜੇ ਵਰਕਰ ਸੀ ਉਹਨਾਂ ਵੱਲੋਂ ਇੱਕ ਹੜਤਾਲ ਕੀਤੀ ਗਈ ਹੈ। ਇਹ ਹੜਤਾਲ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਕੀਤੀ ਹੈ ਔਰ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਸਾਡੀ ਇਹ ਕੰਪਨੀ ਹੈ ਟੋਲ ਪਲਾਜ਼ਾ ਦੀ ਕੰਪਨੀ, ਇਹ ਸਾਡੀਆਂ ਮੰਗਾਂ ਨਹੀਂ ਮੰਨ ਰਹੀ, ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਜਿਹੜੇ 6 ਕਰਮਚਾਰੀਆਂ ਨੂੰ ਤਨਖਾਹ ਸਮੇਤ ਬਹਾਲ ਨਹੀਂ ਕੀਤਾ ਗਿਆ, ਉਹਨਾਂ ਨੂੰ ਬਹਾਲ ਕੀਤਾ ਜਾਵੇ, ਉਹ ਜਿਹੜੇ ਉਹਨਾਂ ਦੇ ਝੂਠੇ ਪਰਚੇ ਕੀਤੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਔਰ ਉਹਨਾਂ ਵੱਲੋਂ ਜਿਹੜੀਆਂ ਮੰਗਾਂ ਕਹੀਆਂ ਗਈਆਂ ਸੀ ਉਹ ਇਸ ਪ੍ਰਕਾਰ ਨੇ। ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ 6 ਕਰਮਚਾਰੀਆਂ ਨੂੰ ਤਨਖਾਹ ਨਾਲ ਬਹਾਲ ਕੀਤਾ ਜਾਵੇ ਅਤੇ ਜਿਹੜੇ ਸੈਂਟਰ ਵੱਲੋਂ ਜਿਹੜੇ ਵੇਜ ਸੀ ਉਹਨਾਂ ਦੀ ਉਹ ਲਾਗੂ ਕੀਤੇ ਜਾਣ ਔਰ ਜਿਹੜੇ ਉਹਨਾਂ ਦੇ ਬਕਾਇਆ ਰਾਸ਼ੀਆਂ ਸੀ ਉਹਨਾਂ ਨੂੰ ਬਹਾਲ ਕੀਤਾ ਜਾਵੇ। ਪੰਜਾਬ ਦੇ ਕਰਮਚਾਰੀਆਂ ਨੂੰ ਦੂਸਰੇ ਸੂਬਿਆਂ ਵਿੱਚ ਭੇਜਣਾ ਬੰਦ ਕੀਤਾ ਜਾਵੇ ਅਤੇ ਪੰਜਾਬ ਦੇ ਵਿੱਚ ਜਿਹੜੇ ਸੂਬਿਆਂ ਤੋਂ ਬਾਹਰਲੇ ਮੁਲਾਜ਼ਮ ਭਰਤੀ ਕੀਤੇ ਜਾਂਦੇ ਹਨ ਉਹਨਾਂ ਨੂੰ ਵੀ ਬੰਦ ਕੀਤਾ ਜਾਵੇ। ਜਿਹੜਾ 29/3/2023 ਨੂੰ ਲਿਖਤੀ ਰੂਪ ਵਿੱਚ ਇੱਕ ਫੈਸਲਾ ਹੋਇਆ ਸੀ ਉਸ ਦੇ ਮੁਤਾਬਿਕ ਸਾਰੀਆਂ ਜਿਹੜੀਆਂ ਸ਼ਰਤਾਂ ਸੀ ਉਹ ਮਨਜ਼ੂਰ ਕੀਤੀਆਂ ਜਾਣ। ਪਿਛਲੇ ਸਮੇਂ ਜੋ ਵਿੱਚ ਇਨਸੈਂਟਿਵ ਬੰਦ ਕੀਤੇ ਸੀ ਉਹਨਾਂ ਨੂੰ ਦੁਬਾਰਾ ਲਾਗੂ ਕੀਤਾ ਜਾਵੇ ਅਤੇ ਜਿਹੜੇ ਓਵਰ ਟਾਈਮ ਦੇ ਡਬਲ ਪੈਸੇ ਦਿੱਤੇ ਜਾਣ। ਇਸ ਮੌਕੇ ਉਹਨਾਂ ਦੇ ਨਾਲ ਵਰਿਆਮ ਨੰਗਲ ਦੇ ਟੋਲ ਪਲਾਜ਼ਾ ਦੇ ਪ੍ਰਧਾਨ ਅਤੇ ਟੋਲ ਪਲਾਜ਼ਾ ਲਾਦੋਵਾਲ ਦੇ ਪ੍ਰਧਾਨ ਨਿਸ਼ਾਨ ਸਿੰਘ, ਮੀਤ ਪ੍ਰਧਾਨ ਪ੍ਰਭਦੀਪ ਸਿੰਘ, ਮੀਤ ਪ੍ਰਧਾਨ ਚਮਨ ਲਾਲ, ਮੀਤ ਪ੍ਰਧਾਨ ਅੰਮ੍ਰਿਤਪ ਸਿੰਘ ਅਤੇ ਹੋਰ ਜਿਹੜੇ ਸੀ ਉਹ ਵਰਕਰ ਮੌਜੂਦ ਸਨ। ਇਸ ਤੋਂ ਇਲਾਵਾ ਉਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ, ਪ੍ਰਧਾਨ ਪਰਮਪਾਲ ਸਿੰਘ, ਸੁੰਦਰ ਸਿੰਘ, ਸਤਨਾਮ ਸਿੰਘ ਜੋੜੀਆਂ, ਨਰਿੰਦਰ ਸਿੰਘ, ਹਰਜਿੰਦਰ ਸਿੰਘ, ਬਹੁਤ ਸਾਰੇ ਕਿਸਾਨ ਆਗੂ ਵੀ ਹਾਜ਼ਰ ਸਨ। ਪੇਸ਼ ਹੈ ਪ੍ਰਿੰਸ ਕਲੇਅਰ ਦੀ ਖਾਸ ਰਿਪੋਰਟ। ਸਤਿ ਸ਼੍ਰੀ ਅਕਾਲ ਦੋਸਤੋ, ਸਰਦਾਰ ਕਮਲਜੀਤ ਸਿੰਘ ਜੀ, ਅੱਜ ਜਿਹੜਾ ਮੋਰਚਾ ਲਾਇਆ ਗਿਆ ਹੈ ਇੱਥੇ ਕੱਥੋ ਨੰਗਲ ਟੋਲ ਪਲਾਜ਼ੇ 'ਤੇ, ਇਹਦੇ ਬਾਰੇ ਕੀ ਕਹੋਗੇ ਜੀ? ਮੈਂ ਕਮਲਜੀਤ ਸਿੰਘ ਖੁਸ਼ਾਲਪੁਰ, ਸੂਬਾ ਜਨਰਲ ਸਕੱਤਰ ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਪੰਜਾਬ। ਅਸੀਂ ਆਪਣੀ ਜਥੇਬੰਦੀ ਸਮੇਤ ਅੱਜ ਟੋਲ ਪਲਾਜ਼ਾ ਵਰਕਰ ਯੂਨੀਅਨ ਦੀ ਕਾਲ ਦੇ ਉੱਤੇ ਅੱਜ ਕੱਥੋ ਨੰਗਲ ਪੁੱਜੇ ਹਾਂ। ਪਿਛਲੇ ਲੰਮੇ ਸਮੇਂ ਤੋਂ ਟੋਲ ਪਲਾਜ਼ਾ IRB ਕੰਪਨੀ ਨੇ 6 ਨੌਜਵਾਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਘਰਾਂ ਨੂੰ ਭੇਜਤਾ ਸੀ। ਅਸੀਂ ਵਾਰ ਵਾਰ ਪ੍ਰਸ਼ਾਸਨ ਨੂੰ ਮਿਲੇ ਹਾਂ, ਬੇਨਤੀ ਕੀਤੀ ਆ ਕਿ ਕਾਰਪੋਰੇਟ ਕੰਪਨੀਆਂ ਜਿਹੜੀਆਂ ਨੇ ਉਹ ਪਹਿਲਾਂ ਤਾਂ ਸਾਰੀਆਂ ਜਿੰਨੀਆਂ ਵੀ ਸਰਕਾਰੀ ਅਦਾਰੇ ਨੇ ਉਹ ਸਾਡੀ ਮੋਦੀ ਸਰਕਾਰ ਨੇ ਵੇਚ ਦਿੱਤੇ ਨੇ ਕਾਰਪੋਰੇਟਾਂ ਨੂੰ, ਅਤੇ ਹੁਣ ਕਾਰਪੋਰੇਟਾਂ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੀਆਂ ਨੇ। ਨਾ ਸਾਡੇ ਨੌਜਵਾਨਾਂ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ, ਨਾ ਮਿਨੀਮਮ ਵੇਜਸ ਐਕਟ ਲਾਗੂ ਕੀਤਾ ਜਾ ਰਿਹਾ, ਨਾ ਇਹ ਸਰਕਾਰ ਦੇ ਕਾਨੂੰਨਾਂ ਨੂੰ ਮੰਨਦੀਆਂ ਨੇ ਕੰਪਨੀਆਂ। 10-10, 15-15 ਹਜ਼ਾਰ ਦੇ ਉੱਤੇ ਨੌਜਵਾਨ ਜਿਹੜੇ ਨੇ ਇਹ ਟੋਲ ਪਲਾਜ਼ਿਆਂ ਦੇ ਉੱਤੇ ਨਰਕ ਵਰਗੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਨੇ। ਆਹ ਤੁਹਾਡੇ ਸਾਹਮਣੇ ਜਿਹੜੇ ਟੋਲ ਬੂਥ ਨੇ, ਇਹਨਾਂ ਦੇ ਵਿੱਚ ਗਰਮੀਆਂ 'ਚ ਇੰਨੀ ਗਰਮੀ ਹੁੰਦੀ ਆ ਵੀ ਤੰਦੂਰ ਵਾਲੀ ਗੱਲ ਹੋ ਜਾਂਦੀ ਆ, ਅਤੇ ਇੰਨਾ ਪੋਲਿਊਸ਼ਨ ਆ, ਇੰਨਾ ਸਮੋਕ ਆ ਵੀ ਕੋਈ ਤੁਸੀਂ ਇਹ ਹੱਦੋਂ ਪਰੇ ਵਾਲੀ ਗੱਲ ਆ। ਜੇ ਨੌਜਵਾਨ ਕੋਈ ਮੰਗ ਰੱਖਦੇ ਨੇ, ਆਪਣੀ ਵੈਲਫੇਅਰ ਦੀ ਮੰਗ ਰੱਖਦੇ ਆ, ਅਤੇ ਕੰਪਨੀ ਦੇ ਮੁਲਾਜ਼ਮ ਇਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰਦੇ ਆ। ਜਿਹੜਾ ਕੋਈ ਜੇ ਇਹਨਾਂ ਨੇ ਯੂਨੀਅਨ ਬਣਾਉਣ ਦੀ ਗੱਲ ਕੀਤੀ ਆ, ਅਤੇ ਇਹਨਾਂ ਨੌਜਵਾਨਾਂ ਨੂੰ ਨੌਕਰੀਆਂ ਤੋਂ ਬਰਖਾਸਤ ਇੱਕ ਇੱਕ ਕਰਕੇ ਕੀਤਾ ਜਾ ਰਿਹਾ। ਸਾਡੀ ਇਹ ਮਾਣਯੋਗ ਪ੍ਰਸ਼ਾਸਨ ਅੱਗੇ ਮੰਗ ਆ ਵੀ ਇਹ ਟੋਲ ਪਲਾਜ਼ੇ ਵਾਲੇ ਜਿਹੜੇ ਆ, ਜਿਨ੍ਹਾਂ ਨੂੰ ਲੱਖਾਂ ਕਰੋੜਾਂ ਰੁਪਈਆਂ ਦੀ ਜਿਹੜੀਆਂ ਇਹ ਲੁੱਟ ਕਰ ਰਹੇ ਆ, ਇਹ ਨੌਜਵਾਨ ਤਾਂ ਇਹਨਾਂ ਦੇ ਕਮਾਊ ਪੁੱਤਰ ਨੇ, ਇਹਨਾਂ ਨੂੰ ਪੈਸੇ ਕਮਾ ਕੇ ਆਪ ਧੂੰਏ 'ਚ ਬਹਿ ਕੇ ਦੇ ਰਹੇ ਨੇ, ਅਤੇ ਜੇ ਇਹਨਾਂ ਦੇ ਬਣਦੇ ਹੱਕ ਵੀ ਇਹ ਮੰਗਣੇ ਕੋਈ ਗੁਨਾਹ ਨੇ? ਸੋ ਇਹਨਾਂ ਨੂੰ ਹੱਕ ਦਵਾਏ ਜਾਣ, ਇਹਨਾਂ ਨੂੰ ਇਹਨਾਂ ਦੀਆਂ ਬਣਦੀਆਂ ਤਨਖਾਹਾਂ ਦਿੱਤੀਆਂ ਜਾਣ। ਪੰਜਾਬ ਦੇ ਮੁਲਾਜ਼ਮਾਂ ਦੀ ਟੋਲ ਪਲਾਜ਼ੇ ਦੇ ਉੱਤੋਂ ਛਾਂਟੀ ਕੀਤੀ ਜਾ ਰਹੀ ਆ, ਬਾਹਰੋਂ ਦੂਜਿਆਂ ਸੂਬਿਆਂ ਦੇ ਵਿੱਚੋਂ ਮੁਲਾਜ਼ਮ ਲਿਆ ਕੇ ਅੱਧਿਓਂ ਵੱਧ ਗਿਣਤੀ ਇਹਨਾਂ ਨੇ, ਜਦੋਂ ਇਹ ਟੋਲ ਪਲਾਜ਼ੇ ਲੱਗੇ ਤਾਂ ਇਹਨਾਂ ਨੇ ਲਿਖਤੀ ਸਰਕਾਰ ਨਾਲ ਵਾਅਦਾ ਕੀਤਾ ਵਾ ਵੀ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗਾ, ਪਰ ਇਸ ਵੇਲੇ ਜਿਸ ਟੋਲ ਪਲਾਜ਼ੇ ਦੇ ਤੁਸੀਂ ਬੈਠੇ ਜੇ, ਜਾਂ ਸਾਰੇ ਪੰਜਾਬ 'ਚ 60-70% ਜਿਹੜੇ ਮੁਲਾਜ਼ਮ ਨੇ ਉਹ ਬਾਹਰਲੀਆਂ ਸਟੇਟਾਂ ਤੋਂ ਲਿਆਉਂਦੇ ਆ, ਉਹਨਾਂ ਮੁਲਾਜ਼ਮਾਂ ਨੂੰ ਉਹਨਾਂ ਸਟੇਟਾਂ 'ਚ ਭੇਜਿਆ ਜਾਏ ਜਿਹੜੇ ਸਾਡੇ ਮੁਲਾਜ਼ਮ ਬਾਹਰ ਕੰਮ ਕਰ ਰਹੇ ਆ, ਉਹਨਾਂ ਨੂੰ ਵਾਪਸ ਇਸ ਟੋਲ ਪਲਾਜ਼ਿਆਂ ਪੰਜਾਬਤਿਆਂ ਦੇ ਲਿਆਂਦਾ ਜਾਵੇ, ਇਹਨਾਂ ਬੱਚਿਆਂ ਨੂੰ ਇਹਨਾਂ ਦੇ ਹੱਕ ਦਿੱਤੇ ਜਾਣ। ਨਹੀਂ ਤਾਂ ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ, ਮਜਬੂਰਨ ਤੌਰ 'ਤੇ ਸਾਨੂੰ ਸੰਘਰਸ਼ 'ਤੇ ਰਾਹ ਪੈਣਾ ਪਏਗਾ,
ਅਸੀਂ ਆਪਣੇ ਨੌਜਵਾਨਾਂ ਨਾਲ, ਕਿਉਂਕਿ ਸਾਡੀ ਜਥੇਬੰਦੀ ਦਾ ਨਾਂ ਹੀ ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਆ, ਅਸੀਂ ਆਪਣੇ ਨੌਜਵਾਨਾਂ ਨਾਲ ਦ੍ਰਿੜਤਾ ਨਾਲ ਖੜ੍ਹੇ ਹਾਂ। ਜੇ ਪ੍ਰਸ਼ਾਸਨ ਨੇ ਸਾਡੀਆਂ ਕੀ ਮੰਗਾਂ ਇਹਨਾਂ ਬੱਚਿਆਂ ਦੀਆਂ ਨਾ ਮੰਗੀਆਂ, ਅਤੇ ਜਿਹੜੇ ਟੋਲ ਪਲਾਜ਼ੇ ਨੇ ਫ੍ਰੀ ਕਰ ਦਿੱਤੇ ਜਾਣਗੇ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਮੇਰਾ ਨਾਮ ਅਮ੍ਰਿਤਪਾਲ ਸਿੰਘ ਆ। ਪਿਛਲੇ ਲੰਬੇ ਸਮੇਂ ਤੋਂ ਮੈਂ IRB ਕੰਪਨੀ ਵਿੱਚ ਐਜ਼ ਏ ਸੁਪਰਵਾਈਜ਼ਰ ਨੌਕਰੀ ਕਰਦਾ ਪਿਆ, ਅਤੇ ਮੰਗਾਂ ਸਾਡੀਆਂ ਕੁਝ ਜੈਨੂਅਲੀ ਜਿਹੀਆਂ ਮੰਗਾਂ, ਜਿੱਦਾਂ ਕਹਿ ਸਕਦੇ ਵੀ ਤਨਖਾਹਾਂ ਨੂੰ ਲੈ ਕੇ ਬਦਲੀਆਂ ਰੱਦ ਕੀਤੀਆਂ ਜਾਣ, ਅਤੇ ਜਿਹੜੇ ਬਦਲਾਖੋਰੀ ਦੀ ਨੀਤੀ ਤਹਿਤ ਸਾਡੇ 6 ਮੁਲਾਜ਼ਮ ਕੱਢੇ ਗਏ ਨੇ, ਉਹਨਾਂ ਨੂੰ ਮੁੜ ਤਨਖਾਹ ਸਮੇਤ ਬਹਾਲ ਕੀਤਾ ਜਾਵੇ ਜੀ। ਕਿਉਂਕਿ ਜਦੋਂ ਤੋਂ ਸਾਡੀ ਯੂਨੀਅਨ ਹੋਂਦ ਵਿੱਚ ਆਈ ਹੈ 11 ਮਾਰਚ ਤੋਂ 2023 ਤੋਂ, ਉਦੋਂ ਤੋਂ ਲਿਖ ਕੇ ਸਾਡੇ ਨਾਲ ਪਾਰਸ਼ੈਲਿਟੀਆਂ, ਵਿਤਕਰਾ, ਹਰ ਇੱਕ ਮਤਲਬ ਤਰ੍ਹਾਂ ਤਰ੍ਹਾਂ ਦੀ ਪਾਰਸ਼ੈਲਿਟੀ ਹੋ ਰਹੀ ਆ। ਅਤੇ ਉਹਦੇ ਚੱਲਦਿਆਂ ਦੌਰਾਨ ਹੀ ਸਾਡੇ ਜਿਹੜੇ ਆਪਣਾ 6 ਮੁਲਾਜ਼ਮ ਸੀ ਨਾ, ਉਹਦੇ ਤੋਂ ਬਾਅਦ ਹੀ ਬਦਲਾਖੋਰੀ ਦੀ ਨੀਤੀ ਤਹਿਤ ਉਹਨਾਂ ਨੂੰ ਕੱਢ ਦਿੱਤਾ ਗਿਆ, ਬੇਬਿਨਾ ਦੇ ਇਲਜ਼ਾਮ ਲਗਾ ਕੇ ਉਹਨਾਂ ਉੱਪਰ। ਅਤੇ ਪਿਛਲੇ ਲੰਬੇ ਸਮੇਂ ਤੋਂ ਆਪਾਂ 5-6 ਮਹੀਨੇ ਤੋਂ ਕੱਢੇ, ਉਦੋਂ ਤੋਂ ਆਪਾਂ ਸੰਘਰਸ਼ ਕਰ ਰਹੇ ਹਾਂ, ਸਾਰੇ ਬੇਨਤੀਆਂ ਕਰ ਰਹੇ ਹਾਂ, ਸਾਰੇ ਰਿਕੁਐਸਟਾਂ ਕਰ ਰਹੇ ਵੀ ਸਾਡੇ ਕਰਮਚਾਰੀਆਂ ਨੂੰ ਰੱਖਿਆ ਜਾਵੇ। ਕਿਉਂਕਿ ਜਦੋਂ ਤੋਂ ਆਪਣੀ ਯੂਨਿਟੀ ਬਣ ਚੁੱਕੀ ਆ, ਉਦੋਂ ਤੋਂ ਇਹਨਾਂ ਨੂੰ ਮਤਲਬ ਮੈਨੇਜਮੈਂਟ ਨੂੰ ਲਾ ਲਓ ਜਾਂ ਕੰਪਨੀ ਨੂੰ, ਇਹ ਆਪਾਂ ਜਿਹੜੇ ਕਰਮਚਾਰੀ ਚੰਗੇ ਨਹੀਂ ਲੱਗਦੇ ਪਏ, ਕਿਉਂਕਿ ਇਹ ਮੰਗ ਕਰਦੇ ਪਏ ਆਪਣੀ ਤਨਖਾਹਾਂ ਦੀ ਸੈਂਟਰ ਮਿਨੀ ਵੇਜ ਮੁਤਾਬਿਕ ਤਨਖਾਹਾਂ ਕੀਤੀਆਂ ਜਾਣ, ਅਤੇ ਜਿਹੜੇ ਪ੍ਰੋਜੈਕਟ 'ਤੇ ਸਾਨੂੰ ਰੱਖਿਆ ਗਿਆ ਉਸੇ ਪ੍ਰੋਜੈਕਟ 'ਤੇ ਸਾਡੀ ਮਤਲਬ ਨੌਕਰੀ ਕਰਵਾਈ ਜਾਵੇ ਸਾਡੇ ਤੋਂ, ਨਾ ਕਿ ਸਾਨੂੰ ਫਿਰ ਇੱਕ ਪ੍ਰੋਜੈਕਟ ਤੋਂ ਦੂਸਰੇ ਪ੍ਰੋਜੈਕਟ 'ਤੇ ਸਾਨੂੰ ਨਾ ਭੇਜਿਆ ਜਾਵੇ। ਇੰਨੀਆਂ ਸਾਡੀਆਂ ਜਨਰਲ ਦੀਆਂ ਮੰਗਾਂ ਵਾ। ਸਾਡੀ ਜਿਹੜੀ ਬਕਾਇਆ ਰਾਸ਼ੀ ਆ, ਮਤਲਬ ਜਦੋਂ ਤੋਂ ਅਸੀਂ ਜੁਆਇਨ ਕੀਤਾ ਉਦੋਂ ਤੋਂ ਸਾਡੇ ਨਾਲ ਮਤਲਬ ਸਾਡੀ ਤਨਖਾਹ ਘੱਟ ਦੇ ਰਹੇ ਸੀ, ਅਤੇ ਜਦੋਂ ਹੁਣ ਮੰਗ ਕਰਦੇ ਪਏ ਹਾਂ ਉਹ ਵੀ ਸਾਨੂੰ ਸਾਡੀ ਬਕਾਇਆ ਰਾਸ਼ੀ ਮੁਹੱਈਆ ਕਰਵਾਈ ਜਾਵੇ, ਅਤੇ ਸਾਡੀ ਤਨਖਾਹ ਜਿਹੜੀ ਸੈਂਟਰਲ ਮਿਨੀ ਵੇਜ ਮੁਤਾਬਿਕ ਕੀਤੀ ਜਾਵੇ। ਅਸੀਂ ਸਰ ਆਪਣੇ SSP ਸਾਹਿਬ ਤੱਕ, ਆਪਣਾ DSP ਸਾਹਿਬ, ਸਾਰਿਆਂ ਨੂੰ, ਆਲ ਓਵਰ DC ਸਾਹਿਬ ਤੱਕ ਮੰਗ ਪੱਤਰ ਸਾਰਿਆਂ ਨੂੰ ਹੀ ਦੇ ਦਿੱਤੇ ਆ। ਕਾਫੀ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਹਾਂ। ਆਪਾਂ ਕਾਫੀ ਵਾਰ ਧਰਨਾ ਵੀ ਲਾਇਆ, ਆਪਣਾ ਸਟ੍ਰਾਈਕ ਕੀਤੀ ਸੀ 29-3-2023 ਨੂੰ, ਜਿਹਦੇ ਵਿੱਚ ਕਿ ਇਹਨਾਂ ਨੇ ਸਾਰਾ ਲਿਖਤੀ ਰੂਪ ਵਿੱਚ ਸਾਡੇ ਨਾਲ ਸਾਰਾ ਕੁਝ ਸਹਿਮਤੀ ਜਿਤਾ ਲਈ ਵੀ ਸਾਡਾ ਸਾਰਾ ਕੁਝ ਮੰਗਾਂ ਮੰਨੀਆਂ ਜਾਣਗੀਆਂ। ਪਿਛਲੇ ਲੰਮੇ ਸਮੇਂ ਤੋਂ ਆਪਾਂ ਚੱਲਦੇ ਆ ਰਹੇ ਸੀ, ਇਹਨਾਂ ਨੇ ਬਾਅਦ ਵਿੱਚ ਉਹਨਾਂ ਮੰਗਾਂ 'ਤੇ ਨਾ ਗੌਰ ਕੀਤਾ, ਜਦਕਿ ਉਹਦੇ ਵਿੱਚ ਪ੍ਰਸ਼ਾਸਨ ਵੀ ਇਨਕਲੂਡ ਸੀ, ਪ੍ਰਸ਼ਾਸਨ ਨੇ ਵਿੱਚ ਹੋ ਕੇ ਸਾਡਾ ਰਾਜੀਨਾਮਾ ਕਰਵਾਇਆ, ਅਤੇ ਬਾਅਦ ਵਿੱਚ ਉਹ ਮੰਗਾਂ 'ਤੇ ਕੋਈ ਵੀ ਫੈਸਲਾ ਨਹੀਂ ਲਿਆ ਜਾ ਰਿਹਾ, ਕਿਉਂਕਿ ਉਹ ਜੋ ਵੀ ਜਿਹੜੀ ਬੁੱਕ 'ਤੇ ਲਿਖਿਆ ਸੀ ਨਾ ਉਹ ਆਪਣਾ ਸਰਕਾਰੀ ਬੁੱਕ ਸੀ, ਜਿਹਦੇ 'ਤੇ ਰਾਜੀਨਾਮਾ ਹੁੰਦਾ ਵਾ ਨਾ, ਉਹ ਸਰਕਾਰੀ ਬੁੱਕ ਸੀ। ਬਕਾਇਦਾ ਸਾਡੇ ਟੋਲ ਯੂਨੀਅਨ ਦੇ ਜਿਹੜੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਸੀ, ਉਹਨਾਂ ਦੀ ਮੌਜੂਦਗੀ ਵਿੱਚ ਹੋਇਆ ਸੀ ਸਾਰਾ ਕੁਝ, ਅਤੇ ਉਹ ਵੀ ਸਾਡੇ ਕੋਲ ਲਿਖਤੀ ਰੂਪ ਵਿੱਚ ਅਜੇ ਹੈਗਾ ਵਾ। ਅਤੇ ਹੁਣ ਵਿਸ਼ਵਾਸ ਸਿਰਫ ਵਰਬਲੀ ਦਵਾਇਆ ਜਾ ਰਿਹਾ, ਸਾਨੂੰ ਲਿਖਤੀ ਰੂਪ ਵਿੱਚ ਵਿਸ਼ਵਾਸ ਨਹੀਂ ਦਵਾਇਆ ਜਾ ਰਿਹਾ, ਅਤੇ ਜੇ ਲਿਖਤੀ ਰੂਪ ਵਿੱਚ ਸਾਨੂੰ ਅੱਜ ਦੀ ਡੇਟ 'ਚ ਵਿਸ਼ਵਾਸ ਦਵਾਉਂਦੇ ਵੀ ਆ, ਅਤੇ ਆਪਾਂ ਤਾਂ ਸਪਸ਼ਟਲੀ ਕਹਾਂਗੇ ਵੀ ਪਹਿਲਾਂ ਨਹੀਂ ਇਹਨਾਂ ਲਿਖਤੀ ਰੂਪ ਵਿੱਚ ਕਰਕੇ ਸਾਡੇ ਨਾਲ ਪਹਿਲਾਂ ਵੀ ਮੁੱਕਰੇ ਆ, ਅਤੇ ਅੱਜ ਇਹਨਾਂ ਨੇ ਕਿਹੜਾ ਕੋਈ ਨਵਾਂ ਮੁੱਕਰਨਾ ਵਾ। ਸਾਡੇ ਜਿੰਨਾ ਤੱਕ ਸਾਡੇ ਕਰਮਚਾਰੀਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ, ਨੌਕਰੀ 'ਤੇ ਨਹੀਂ ਰੱਖਿਆ ਜਾਂਦਾ, ਜਵਾਨੀ ਲੈਟਰ ਦੇ ਕੇ ਉਹਨਾਂ ਕੋਲ ਡਿਊਟੀ ਨਹੀਂ ਕਰਵਾਈ ਜਾਂਦੀ ਇਸੇ ਟੋਲ ਪਲਾਜ਼ੇ 'ਤੇ, ਅਤੇ ਉਹਨਾਂ ਚਿਰ ਤੱਕ ਆਪਾਂ ਨਹੀਂ ਰੱਖਾਂਗੇ। ਸਾਡਾ ਜਿਹੜਾ ਵਾ ਆਪਣੀ ਹੜਤਾਲ ਹੈ ਅਣਮਿੱਥੇ ਸਮੇਂ ਲਈ ਰਹੇਗੀ, ਉਹਨਾਂ ਤੱਕ ਸਾਡੀ ਹੜਤਾਲ ਕੰਟੀਨਿਊ ਰਹੇਗੀ। ਅਤੇ ਜਦੋਂ ਅਸੀਂ ਹੜਤਾਲ ਦਾ ਐਲਾਨ ਕੀਤਾ ਉਦੋਂ ਤੋਂ ਇਹਨਾਂ ਨੇ ਹਰਿਆਣੇ ਤੋਂ, ਯੂਪੀ ਤੋਂ ਬਾਹਰੋਂ ਜਿਹੜੇ ਅਦਰ ਸਟੇਟ ਦੇ ਸੀ ਉਹ ਕਰਮਚਾਰੀ ਮੰਗਾ ਲਏ ਵੀ ਕਰਮਚਾਰੀ ਹੜਤਾਲ ਕਰਨ ਜਿੰਨਾ ਚਿਰ ਮਰਜ਼ੀ ਕਰਨ ਅਸੀਂ ਨਹੀਂ ਰੱਖਣੇ। ਪਰ ਸਾਡੀ ਵੀ ਚਲੋ ਆਪਣੀ ਹੜਤਾਲ ਆ ਵੀ ਜਿੰਨਾ ਤੱਕ ਸਾਡੇ ਜਿਹੜੇ ਭਰਾ ਵਾ ਸਾਡੇ ਯੂਨੀਅਨ ਦੇ ਮੈਂਬਰ ਆ ਉਹ ਜਿੰਨਾ ਤੱਕ ਨਹੀਂ ਰੱਖੇ ਜਾਂਦੇ ਉਨੀ ਦੇਰ ਤੱਕ ਸਾਡੀ ਹੜਤਾਲ ਕੰਟੀਨਿਊ ਰਹੂਗੀ ਜੀ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਹਰਿਆਣੇ ਵੱਲ ਭੇਜਿਆ ਜਾ ਰਿਹਾ, ਉਹ ਕੀ ਕਾਰਨ ਹੈ, ਕਿਉਂ ਭੇਜਿਆ ਜਾ ਰਿਹਾ ਜੀ? ਨਹੀਂ, ਹਰਿਆਣੇ ਭਾਅ ਜੀ ਇਹ ਸਾਰੇ ਬਦਲਾਖੋਰੀ ਦੀ ਨੀਤੀ ਤਹਿਤ ਹੋ ਰਿਹਾ ਵਾ, ਕਿਉਂਕਿ ਪਹਿਲਾਂ ਸਾਨੂੰ ਟਰਾਂਸਫਰ ਕਰਦੇ ਸੀ ਜਦੋਂ ਸਾਨੂੰ ਨਹੀਂ ਸੀ ਨੌਲੇਜ ਹੈਗੀ, ਹੁਣ ਜਦੋਂ ਦੀ ਅਸੀਂ ਆਵਾਜ਼ ਚੁੱਕਣੀ ਚਾਲੂ ਕਰ ਦਿੱਤੀ ਹੈ ਨਾ, ਵੀ ਜਦੋਂ ਜਿਹੜੇ ਪ੍ਰੋਜੈਕਟ 'ਤੇ ਸਾਡੀ ਜੁਆਇਨਿੰਗ ਹੁੰਦੀ ਆ, ਬਕਾਇਦਾ ਪ੍ਰੋਜੈਕਟ ਦੇ ਉੱਤੇ ਲਿਖਿਆ ਹੁੰਦਾ ਉਹ ਨਾਂ ਦਾ, ਅਤੇ ਉਸੇ ਪ੍ਰੋਜੈਕਟ 'ਤੇ ਸਾਡੀ ਜੁਆਇਨਿੰਗ ਹੁੰਦੀ ਅਤੇ ਉਸੇ ਪ੍ਰੋਜੈਕਟ 'ਤੇ ਅਸੀਂ ਨੌਕਰੀ ਕਰ ਸਕਦੇ ਹਾਂ, ਨਾ ਕਿ ਇੱਕ ਪ੍ਰੋਜੈਕਟ ਦੂਜੇ ਪ੍ਰੋਜੈਕਟ 'ਤੇ ਨਹੀਂ ਆਪਾਂ ਜਾ ਸਕਦੇ, ਜਦਕਿ ਸਾਨੂੰ IRB ਕੰਪਨੀ ਨੇ ਨਹੀਂ ਰੱਖਿਆ ਹੋਇਆ, IRB ਦੇ ਇੱਕ ਪ੍ਰੋਜੈਕਟ ਆ ਥੱਲੇ ਉਹਨੇ ਸਾਨੂੰ ਰੱਖਿਆ ਹੋਇਆ ਵਾ, ਅਤੇ ਉਸੇ ਪ੍ਰੋਜੈਕਟ 'ਤੇ ਹੀ ਸਾਨੂੰ ਕੋਲ ਨੌਕਰੀ ਕਰਵਾਈ ਜਾਵੇ। ਪਰਚੇ ਭਾਅ ਜੀ 750 ਦੇ ਕਲੰਦਰੇ ਦੇ ਪਰਚੇ ਪਾਏ ਹੋਏ ਸਾਡੇ 'ਤੇ, ਮਤਲਬ ਕਾਫੀ 5-6 ਜਾਣੇ ਦੇ ਪਠਾਨਕੋਟ ਵੀ ਪਾਏ ਹੋਏ ਆ, ਝੂਠੇ ਸਾਡੇ 'ਤੇ ਮਤਲਬ ਪਾਏ ਹੋਏ ਆ, ਜਦਕਿ ਇਹਨਾਂ ਨੇ ਸਾਡੇ ਵਿੱਚ ਰਾਜੀਨਾਮਾ ਇਹ ਹੋ ਚੁੱਕਾ ਸੀ ਵੀ ਕੋਈ ਕਾਰਵਾਈ ਨਹੀਂ ਕਰੂਗੀ, ਇੱਕ ਦੂਜੇ ਮਤਲਬ ਕਿ ਵਿਰੁੱਧ ਕਾਰਵਾਈ ਨਹੀਂ ਹੋ ਗਈ। ਆਪਣਾ 29 ਮਾਰਚ 2023 ਨੂੰ ਰਾਜੀਨਾਮਾ ਹੋਇਆ ਵਾ, ਉਹਦੇ ਤੋਂ ਬਾਅਦ ਇਹਨਾਂ ਨੇ ਸਾਡੇ 'ਤੇ ਪਰਚੇ ਪਾਉਣੇ ਚਾਲੂ ਕਰ ਦਿੱਤੇ, ਕਿਉਂਕਿ ਇਹ ਸਾਰਾ ਕੁਝ ਮਤਲਬ ਜੇ ਕਹੀਏ ਤਾਂ ਇੱਕ ਹਿਸਾਬ ਨਾਲ ਸਾਰਾ ਮੁੱਕਰ ਚੁੱਕੇ ਨੇ, ਮਤਲਬ ਲਿਖ ਕੇ ਮੁੱਕਰ ਚੁੱਕੇ ਨੇ, ਮਤਲਬ ਕਾਰਪੋਰੇਟ ਘਰਾਣੇ ਜਾਂ ਕੰਪਨੀਆਂ ਲਾ ਲਓ ਵੀ ਇਹ ਕਿਸੇ ਦੀਆਂ ਕੋਈ ਸਕੀਆਂ ਨਹੀਂ, ਇਹ ਲਿਖਤੀ ਰੂਪ ਵਿੱਚ ਕਰਕੇ ਵੀ ਮੁੱਕਰਦੀਆਂ ਨੇ, ਮਤਲਬ ਇਹਨਾਂ 'ਤੇ 1% ਵੀ ਜਿਹਨੂੰ ਕਹਿੰਦੇ ਨਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਹੁਣ ਕਰਮਚਾਰੀ ਇੱਥੇ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਪ੍ਰੋਜੈਕਟ ਲੱਗੇ ਹੋਏ ਆ, ਅਤੇ ਪੰਜਾਬ ਦੇ ਕਰਮਚਾਰੀਆਂ ਨੂੰ ਪਹਿਲ ਦਿੱਤੀ ਜਾਵੇ, ਜਦਕਿ ਇੱਥੇ ਜੇ ਕਹੀਏ ਇਹਦੀ ਲਾਇਸੈਂਸ ਜਿਹੜਾ ਨਾ ਘੱਟੋ ਘੱਟ 80-90 ਬੰਦਿਆਂ ਦਾ ਵਾ ਵੀ ਮਤਲਬ ਪੰਜਾਬੀ ਰੱਖਣੇ ਇੱਕ ਟੋਲ ਦੇ ਉੱਪਰ। ਪਰ ਇੱਥੇ ਜੇ ਤੁਹਾਨੂੰ ਮੈਂ ਬੇਨਤੀ ਕਰਾਂ ਵੀ ਟੋਲ ਅੰਦਰ ਜਾ ਕੇ ਵੇਖ ਲਓ,
ਤੁਹਾਡੀ ਕੀ ਮੰਗ ਹੈ ਅੱਗੇ ਕੀ ਮੰਗ ਹੈ ਸੈਂਟਰ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਔਰ ਜੇ ਸਰ ਤੁਹਾਡੀ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਤੁਹਾਡਾ ਅਗਲਾ ਸਰਕਾਰ ਕੀ ਹੋਏਗਾ ਜੀ ਸਾਡੀ ਭਾਅ ਜੀ ਇੱਕ ਤਾਂ ਬੇਨਤੀ ਹੈ ਸਰਕਾਰ ਅੱਗੇ ਵੀ ਸਰਕਾਰ ਜਦੋਂ ਬਣੀ ਨਹੀਂ ਸੀ ਉਦੋਂ ਤਾਂ ਕਹਿੰਦੇ ਸੀ ਵੀ ਆਪਾਂ ਪੰਜਾਬੀਆਂ ਨੂੰ ਪਹਿਲ ਦੇਵਾਂਗੇ ਸਾਰਿਆਂ ਨੂੰ ਪਰ ਇੱਥੇ ਨੌਕਰੀਆਂ ਦੇਣ ਦੀ ਬਜਾਏ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਸਰਕਾਰ ਦਾ ਕੋਈ ਧਿਆਨ ਨਹੀਂ ਕਿਸੇ ਵੱਲ ਵੀ ਅਤੇ ਸਾਡਾ ਤਾਂ ਇਹੀ ਆ ਵੀ ਆਪਾਂ ਦੇ 11 ਮਾਰਚ ਤੋਂ ਸੰਘਰਸ਼ ਚਾਲੂ ਕੀਤਾ ਅਤੇ ਆਪਾਂ ਤਾਂ ਕੰਟੀਨਿਊ ਸੰਘਰਸ਼ ਫਿਰ ਅੱਗੇ ਵੀ ਲੜਾਂਗੇ ਜਿਨ੍ਹਾਂ ਤੱਕ ਸਾਡੇ ਮਤਲਬ ਕਰਮਚਾਰੀ ਬਹਾਲ ਨਹੀਂ ਕੀਤੇ ਜਾਂਦੇ ਸਾਡੀਆਂ ਉਜਰਤਾਂ ਜਿਹੜੀਆਂ ਤਨਖਾਹਾਂ ਸਮੇਤ ਨਹੀਂ ਬਹਾਲ ਕੀਤੀ ਜਾਂਦੀ ਸਾਡੀ ਸੈਂਟਰ ਮਿਨੀਮਮ ਮੁਤਾਬਿਕ ਸਾਡੀਆਂ ਤਨਖਾਹਾਂ ਨਹੀਂ ਮਿਲਦੀਆਂ ਸਾਡਾ ਬਕਾਇਆ ਰਾਸ਼ੀ ਨਹੀਂ ਮਤਲਬ ਕੀਤਾ ਜਾਂਦਾ ਉਨੀ ਦੇਰ ਤੱਕ ਆਪਾਂ ਸੰਘਰਸ਼ ਲੜਾਂਗੇ ਅਤੇ ਅੱਗੇ ਵੀ ਲੜਦੇ ਰਹਾਂਗੇ ਜੀ।